ਹਾਏ 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 ਸੱਲੀ ਆਹ ਤੱਕ ਧਾਰ ਬਾਈ, ਧਾਰ ਦੇਖੋ ਮੁੰਡੇ, ਧਾਰ ਚੈੱਕ ਕਰੋ ਤੁਸੀਂ ਬਾਈ। ਇੱਕ ਗਾਂ ਦਿੰਦੀ ਆ ਆਪਣੀ 7 ਕਿਲੋ ਇੱਕ ਟਾਈਮ ਦਾ, ਹੈ ਅਤੇ 7 7 14 ਕਿਲੋ ਹੋ ਗਿਆ ਬਾਈ, ਅਤੇ 21 ਕਿਲੋ T2 ਆ ਚੱਕ ਇਹਦੇ 'ਚ ਪਾ ਤਾ। ਹੈਲੋ ਮੁੰਡੇ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਅਗਲੀ ਵੀਡੀਓ ਦੇ ਵਿੱਚ। ਅਤੇ ਮੁੰਡੇ ਅੱਜ ਆਪਾਂ ਚੱਲੇ ਹਾਂ ਆਂਡੇ ਵੇਚਣ ਅਤੇ ਨਾਲੇ ਗਾਵਾਂ ਲੈਣ, ਠੀਕ ਆ। ਆਂਡੇ ਵੀ ਆਪਣੇ ਕੋਲ ਵਾਹਵਾ ਹੋਏ ਪਏ ਸੀ, ਟੋਕਰੀਆਂ ਵੀ ਹੋ ਸਕਦਾ ਆਪਾਂ ਲੈ ਕੇ ਆਈਏ ਹੋਰ, ਕਿਉਂਕਿ ਆਂਡੇ ਯਾਰ ਇੰਨੇ ਤਾਂ ਸੰਭਾਲਣੇ ਔਖੇ ਹੋਏ ਪਏ ਆ ਮੁੰਡੇ। ਟੋਕਰੀਆਂ ਹੈਗੀਆਂ ਥੋੜ੍ਹੀਆਂ, ਅਤੇ ਗਾਵਾਂ ਗੁਵਾਂ ਲੈ ਕੇ ਆਉਂਦੇ ਅੱਜ ਨੇ ਯਾਰ ਇਹਨਾਂ। ਸੰਨੀ, ਕਿਹੜੀਆਂ ਗਾਵਾਂ, ਅਮਰੀਕਾ ਲੈ ਕੇ ਆਉਣੀਆਂ ਕਿ ਦੂਜੀਆਂ ਹੀ? ਹੋਰ ਗਾਈਆਂ ਕਿਹੜੀਆਂ ਹੁੰਦੀਆਂ? ਅਮਰੀਕਨ ਹੀ ਹੁੰਦੀਆਂ। ਮਾਰਤੀ ਸੜਪ ਲੈ ਕੇ ਬਾਬੇ ਦਾ ਨਾਂ ਚੱਲੀ ਗਈ। ਚਲੋ ਚਲੋ ਬਾਈ, ਲੈ ਵੀ ਮੁੰਡੇ, ਮੁਰਗੀਆਂ ਦਾ ਕੰਮ ਤਾਂ ਆਪਣਾ ਵਧੀਆ ਰਿਹਾ ਹੈ ਨਾ, ਹੋਪ ਗਾਵਾਂ ਦਾ ਕੰਮ ਵੀ ਵਧੀਆ ਹੋਵੇ। ਆਪਾਂ ਨਾਲੇ ਮਸ਼ੀਨ ਮਸ਼ੂਨ ਨਾਲ ਨਹੀਂ ਚੋਇਆ ਕਰਨੀਆਂ ਮੁੰਡੇ, ਆਪ ਹੱਥੀ ਚੋ ਕੇ ਦੁੱਧ ਵੇਚਿਆ ਕਰਾਂਗੇ ਆਪਦੇ ਹੱਥੀ ਬਾਈ। ਫੇਰ ਹੀ ਕੁਆਲਿਟੀ ਦਾ ਸਾਨੂੰ ਪਤਾ ਲੱਗਾ। ਹਾਂ ਫੇਰ ਹੀ ਪਤਾ ਯਾਰ, ਨਾਲੇ ਬਾਈ ਮਸ਼ੀਨਾਂ ਦਾ ਮਸ਼ੀਨਾਂ ਹੁੰਦੀਆਂ ਬਾਈ, ਜੋ ਮਰਜ਼ੀ ਕਹਿ ਲਓ ਹੈ ਨਾ। ਹੁਣ ਸਿੱਧਾ ਉੱਥੇ ਹੀ ਜਾ ਕੇ ਮਿਲਦੇ ਆ ਮੁੰਡੇ। ਅਤੇ ਹੁਣ ਮੁੰਡੇ ਆਪਾਂ ਲੈਣੀਆਂ ਗਾਵਾਂ, ਕਿੰਨੀਆਂ ਲੈਣੀਆਂ ਸੰਨੀ? ਦੋ ਗਾਵਾਂ, ਤਿੰਨ ਲੈ ਲਾ। ਟ੍ਰੇਲਰ 'ਚ ਕਿੰਨੀਆਂ ਆਉਣਗੀਆਂ? ਮੈਂ ਤਾਂ ਦੋ ਹੀ ਆਉਣਗੀਆਂ ਫਿਰ, ਦੋ ਗਾਵਾਂ ਦੋ ਗੇੜੇ ਲਾ ਲੈਂਦੇ ਹਾਂ। ਦੋ ਗਾਵਾਂ ਕਰ ਲਾਂਗੇ, ਅਗਲੇ ਵਾਰੀ ਇੱਕ ਗਾਂ ਅਤੇ ਇੱਕ ਬੁੱਲ ਲੈ ਜਾਂਗੇ। ਚੰਗਾ, ਕਰ ਲਈਆਂ ਦੇਖੇ ਟੋਕਰੀਆਂ ਆਉਂਦੀਆਂ ਆ ਜਾਣਗੀਆਂ ਵੈ ਟੋਕਰੀਆਂ। ਓਏ ਖਾਣੇ ਵਾਲਾ ਸੱਚ ਬਣਾਉਣਾ ਪੈਣਾ, ਨਾਲੇ ਖਾਣਾ ਵੀ ਵੱਧ ਲੈ ਕੇ ਜਾਣਾ ਪੈਣਾ। ਚੱਲ ਖਾਣਾ ਤਾਂ ਹੁਣ ਫੁੱਲ ਭਰ ਭਰ ਲੈ ਕੇ ਜਾਣੇ ਪੈਣੇ, ਪਰ ਖਾਣੇ ਦੀ ਤਾਂ ਹੁਣ ਲੋੜ ਹੀ ਨਹੀਂ ਹੈ ਨਾ, ਆਪਣੇ ਕੋਲ ਸਾਈਲੋ ਲੱਗੇ ਆ, ਭੁੱਲ ਹੀ ਗਿਆ ਸੀ ਮੈਂ ਤਾਂ ਮੁੰਡੇ। ਹੌਲੀ ਚੱਲੀ ਹੌਲੀ ਚੱਲੀ ਹੌਲੀ ਚੱਲੀ ਹੌਲੀ ਚੱਲੀ, ਚੰਗਾ ਮਗਰ ਗਾਵਾਂ ਯਾਦ ਬਹੁਤ ਆ ਇੰਨੀ, ਐਵੇਂ ਮੁੜ ਕੇ ਝੋਲ ਮਾਰ ਗਈ ਪਲਟੂ ਗੱਡੀ। ਸਭ ਤੋਂ ਔਖਾ ਕੰਮ ਆ ਮੁੰਡੇ, ਜਦੋਂ ਪਿੱਛੇ ਹੁਣ ਪਸ਼ੂ ਅਤੇ ਬੰਦਾ ਡਰਾਈਵਰੀ ਕਰਦਾ ਹੋਵੇ, ਸਭ ਤੋਂ ਔਖੀ ਡਰਾਈਵਰੀ ਆ, ਕਿਉਂਕਿ ਮਾੜੀ ਜਿਹੀ ਵੀ ਉਹਨੇ ਪਾਸਾ ਲੈ ਲਿਆ ਨਾ, ਅਤੇ ਉੱਧਰ ਨੂੰ ਹੀ ਗੱਡੀ ਸਿੱਧੀ ਹੋ ਜਾਂਦੀ ਹੈ ਮੁੜ ਕੇ। ਦੂਜੀ ਵੀ ਕਰਤੀ ਤੂੰ? ਦੂਜੀ ਦੇਖਣ ਚੱਲਿਆ ਹੁਣ ਮੈਂ ਕਿੱਥੇ ਆ, ਹੋ ਰਹੀ ਘਾਹ ਖਾਂਦੀ ਫਿਰਦੀ ਆ, ਬਾਹਰ ਆਈ ਜਾਂਦਾ ਟ੍ਰੇਲਰ ਪਲੈਂਕ ਲੈ ਕੇ ਆਈਏ ਫਟਾਫਟ, ਕਿਉਂਕਿ ਆਪਾਂ ਨੇ ਅੱਧਾ ਸਮਾਨ ਬਣਾਉਣਾ ਹਜੇ। ਮੈਂ ਪਤਾ ਨੀ ਕਿੱਥੋਂ ਆ ਗਿਆ ਕੁੱਤਾ।
ਤੇ ਸੰਨੀ ਨੂੰ ਤਾਂ ਮੈਂ ਭੇਜਤਾ ਸੀ, ਮੈਂ ਕਿਹਾ ਜਾ ਤੂੰ ਆਪਣੇ ਜਾ ਕੇ ਜਾਨਵਰ ਜੂਨਵਰ ਦੇਖ, ਉੱਧਰ ਕਰਦਾ ਪਿਆ ਤੇ ਇੱਧਰ ਮੁੰਡੇ ਆਪਾਂ ਲੋਡ ਕਰਕੇ ਬਸ ਜਾਂਦੇ ਹਾਂ, ਗੱਡੀ ਨੂੰ ਮਾਰਦੇ ਹਾਂ ਸਲਫ, ਚਲੋ ਬਾਈ ਖਿੱਚਦੇ ਹਾਂ ਆਪਾਂ ਸਿੱਧਾ, ਹੁਣ ਤੁਹਾਨੂੰ ਉੱਥੇ ਹੀ ਜਾ ਕੇ ਮਿਲਦੇ ਹਾਂ ਬਾਈ, ਦੇਖਦੇ ਨਾਲੇ ਸੰਨੀ ਵੀ ਕੀ ਕਰਦਾ ਪਿਆ ਉੱਥੇ। ਲਓ ਬਾਈ ਮੁੰਡੇ ਪਹੁੰਚ ਗਏ ਨੇੜੇ ਆ, ਕੰਮ ਖਿੱਚ ਲਿਆ ਖਿੱਚ ਲਿਆ ਬਾਈ, ਬਹੁਤ ਔਖੀ ਚਲਾਈ ਆ ਗੱਡੀ ਬਾਈ, ਇੱਕਦਮ ਭਾਰ ਇੰਨਾ ਹੋਇਆ ਪਿਆ, ਪਰ ਗੱਡੀ ਇੱਕ ਗੱਲ ਹੈ ਬਹੁਤ ਘੈਂਟ ਆ ਬਾਈ, ਦਰਦੀ ਦੁਖਦੀ ਨੀਗੀ, ਜਮਾਂ ਦਮ ਬਿਠਾਈ ਤੁਰੀ ਆਉਂਦੀ ਆ ਬਾਈ। ਉਹ ਵੇ ਸੰਨੀ ਵੀ ਉੱਧਰ ਲੱਗਿਆ ਪਿਆ ਕੰਮਾਂ ਨੂੰ ਬਾਈ, ਇੱਥੇ ਹੀ ਰੋਕ ਦਿੰਦੇ ਹਾਂ, ਜਿੰਨੇ ਪਲੈਂਕ ਚਾਹੀਦੇ ਇੱਥੋਂ ਹੀ ਚੱਕ ਕੇ ਲੈ ਜਾ ਕਰਾਂਗੇ, ਵਿੱਚ ਪਾ ਦਿਆ ਕਰਾਂਗੇ। ਚਲ ਬਾਈ ਕਿੱਧਰ ਚੱਲਿਆ, ਰਾਈਡਿੰਗ ਕਰਨ? ਨਾ ਇਹਨੂੰ ਤੋਰਦਾ ਮਾਰ ਭਾਜਾ ਭੈਣ ਤੋਂ। ਵਾਰਾ ਹੋ ਜਾਣਾ ਐਂ ਛੱਡਦਾ, ਬਾਹਰ ਭੱਜਣ ਨੂੰ ਪਤਾ ਨੀ ਕਿਉਂ ਫਿਰਦੀਆਂ ਇਹ, ਦਰਵਾਜ਼ੇ ਵਿੱਚ ਨਹੀਂ ਜਾਏਗਾ ਅੰਦਰ ਦੀ। ਬਾਹਰ ਹੀ ਚੱਲੀ ਓਏ, ਓਪਨ ਚ ਰਹਿ ਕੇ ਰਾਜੀ ਆ, ਬਾਹਰਲੇ ਪਾਸੇ ਵੀ ਇੱਕ ਇੱਕ ਖਾਣੇ ਵਾਲਾ ਬਣਾ ਦੇ ਸੰਨੀ। ਹਾਏ ਓਏ ਆ ਚੋ ਸਕਦਾ ਲੈ, ਬਾਲਟੀ ਫੜ ਕੇ ਖੜਾ ਕੇ ਕਣਾ ਰਹਿ ਅਲੇ ਦੇ 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 ਦੇ। ਹਾਏ 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 ਏਡੀ 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 ਗਲਤ ਹੋ ਗਿਆ ਸੀ ਬਾਈ, ਗਲਤ ਹੋ ਗਈ, ਮੈਂ ਥਾਲ ਵਾਲੇ ਜ਼ੋਰ ਨਾਲ ਨੱਪਦਾ ਸੀ ਬਾਈ, ਤੰਗ ਕਰਦਾ ਤੂੰ। ਲੈ ਬਾਈ ਮੁੰਡਿਓ ਆ ਤਾਂ ਨਜ਼ਾਰਾ ਹੀ ਆ, ਆਪਣੀ ਤਾਂ ਗਾਂ ਦੁੱਧ ਹੀ ਬਹੁਤ ਦਿੰਦੀ ਆ, 7 ਕਿਲੋ ਬਾਈ। ਉਹ ਛੱਡ ਤੂੰ ਤੰਗ ਕਰੀ ਜਾਂਦਾ ਤੂੰ ਉਹਨੂੰ, 7 ਕਿਲੋ ਉਹ ਯਾਰ ਮੈਨੂੰ ਫਿਰ ਇੰਨਾ ਮੈਂ ਚੋ ਹੀ ਨਹੀਂ ਬਾਈ, ਤੈਨੂੰ ਤੈਨੂੰ ਮੈਂ ਦੱਸੀ ਤਾਂ ਇੰਨਾ, ਉਹ ਕਿਹੜਾ ਸੁਣਦਾ ਤੂੰ। ਚੱਲ ਹੁਣ ਤੂੰ ਚੌਂ ਕੇ ਦੇਖ, ਮੈਂ ਤੈਨੂੰ ਦੇਖਦਾ ਚੌਂਦੇ। ਹਾਏ 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 ਸੱਲੀ ਆ ਤੱਕ ਧਾਰ ਬਾਈ, ਧਾਰ ਦੇਖੋ ਮੁੰਡੇ, ਧਾਰ ਚੈੱਕ ਕਰੋ ਤੁਸੀਂ ਬਾਈ, ਇੱਕ ਗਾਂ ਦਿੰਦੀ ਆ ਆਪਣੀ 7 ਕਿਲੋ ਇੱਕ ਟਾਈਮ ਦਾ ਹੈ, ਅਤੇ 7 × 7 = 14 ਕਿਲੋ ਹੋ ਗਿਆ ਬਾਈ, ਅਤੇ 21 ਕਿਲੋ ਈ ਟੂ ਆ ਚੱਕ ਇਹਦੇ 'ਚ ਪਾ ਤਾ, ਦੂਜੀ ਗਾਂ ਮੈਂ ਚਿਉਂ ਲੈਂਦਾ, ਕਿਹੜੀ ਸੀਗੀ ਹੋਰ ਆਪਾਂ ਚੋਈ, ਆਹ ਤਾਂ ਚਿਉਲੀ ਸੀ ਹੈ ਨਾ। ਇਹਨੂੰ ਤਾਂ ਚਿਉਲਿਆ ਸੀ ਬਾਈ, ਮਾਈ ਬੈਡ ਸੋਰੀ ਭੈਣੀ। ਹਾਏ ਲੈ ਉਹ ਟੱਠੇ ਦਾ ਦੁੱਧ ਵੀ ਲੈ, ਪੀਤਾ ਨਹੀਂ ਹੋਣਾ ਟੱਠੇ ਦਾ ਦੁੱਧ, ਨਾ ਬਾਈ ਮੈਂ ਤਾਂ ਕਾਵਾਂ ਚਿਉਣਾ ਉਹਦੀਆਂ। ਓਏ ਮੇਰੀ ਗੱਲ ਸੁਣ, ਇਹਦੇ ਫਨੀ ਵੀਡੀਓ ਬਣਾਈ ਹੋਏ, ਓਏ ਹੌਲੀ ਦੱਬਿਆ ਕਰ ਬਾਈ, ਹੌਲੀ ਦੱਬਿਆ ਕਰ, ਨੋ ਮਿਲਕ ਬਸ। ਮੇਰੀ ਗੱਲ ਸੁਣ, ਚਲ ਠੀਕ ਆ, ਇਹਨਾਂ ਨੂੰ
ਇਹ ਬੰਨੀਆਂ ਨਹੀਂ ਜਾਂਦੀਆਂ ਹੈਗੀਆਂ ਯਾਰ, ਹੋਊਗਾ ਬੰਨਣ ਵਾਲਾ ਸਿਸਟਮ ਵੀ। ਮੀਂਹ ਪੈਣ ਲੱਗ ਗਿਆ, ਗਾਵਾਂ ਕਰਦੀ ਅੰਦਰ, ਨਾਲ ਬਲਦ ਵੀ ਆਪਣਾ ਅੰਦਰ ਹੀ ਕਰਦੀ। ਰੈਂਚ ਫੈਮਿਲੀ ਹਾਏ ਹੋਏ, ਕਿੱਡਾ ਸੋਹਣਾ ਲੱਗਦਾ ਵੀ। ਕਿੱਥੇ ਲਾਇਆ? ਪਰ ਬਲੈਂਡ ਹੋ ਗਿਆ ਇਹਦੇ ਚ। ਲੈ ਬਾਈ ਮੁੰਡੇ, ਆਪਾਂ ਜਾ ਕੇ ਆਉਂਦੇ ਹਾਂ ਆਪਣੇ ਆਂਡਿਆਂ ਵਾਲੇ ਪਾਸੇ ਬਾਈ। ਫਰਟੀਲਾਈਜ਼ਰ ਹੋਇਆ ਕਿ ਨਹੀਂ, ਵਿੱਚੋਂ ਨਿਕਲਿਆ ਆਪਾਂ ਕੁਛ ਕਿ ਨਹੀਂ। ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਹੈ, ਇਹਨੂੰ ਕਹਿੰਦੇ ਆ ਸਵੇਰ ਬਾਈ। ਗਾਵਾਂ ਚ ਹੋਲੀ ਆ ਸੁਬਹ ਸੁਬਹ ਟਾਈਮ ਨਾਲ। ਸੰਨੀ ਮੈਂ ਫੜ ਕੇ ਲਿਆਉਂਦਾ, ਤੂੰ ਚਿਉਂ ਇੱਥੇ ਬਾਹਰ ਹੀ ਲੈ ਕੇ ਜਾਣਾ ਕਿ ਇੱਥੇ ਹੀ? ਇੱਥੇ ਚੱਲ ਚਿਉਂਲਾ ਫਿਰ, ਮੈਂ ਫੜੀ ਹੋਈ ਆ। ਓਏ ਉਹ ਐਗ ਵੀ ਹੈਚ ਹੋ ਗਿਆ। ਸੰਨੀ ਨੂੰ ਹਿਸਾਬ ਆ ਯਾਰ ਚਾਉਣ ਦਾ ਨਾ। ਹੋ ਗਈ ਬਸ, ਭਰ ਗਈ ਬਾਲਟੀ? ਓਏ ਬਾਲਟੀ ਭਰ ਗਈ ਨਾ, ਫਿਰ ਆਈ ਜਾਂਦਾ ਕੱਢਣ ਦਾ ਬਾਅਦ ਦਾ ਫਾਇਦਾ ਕੀ? ਬਾਲਟੀ ਭਰ ਗਈ, ਲਿਆ ਲੈ ਕੇ ਹੋਰ ਉਹਦੇ 'ਚ ਪਾ ਦੇ ਡਰੰਮੀ 'ਚ, ਹੋਰ ਦੁਬਾਰਾ ਕੱਢ ਕੇ ਦੇਖ ਕਿੰਨਾ। ਇਹਦੇ ਤਾਂ ਹੈ ਨਹੀਂ, ਹੈ ਨਹੀਂ ਇਹਦੇ ਕੋਲੇ ਹੁਣ। ਕੋਈ ਨੀ, ਬਲਦ ਚ ਦੁੱਧ ਕੱਢ ਲੀ, ਦੁੱਧ ਹੀ ਆ ਪਿਆਲਾ ਇਹਦੇ ਚੋਂ ਕੱਢ ਲਾ। ਭਰ ਗਈ, ਬਸ ਬਸ ਕਰ, ਭਰ ਗਈ ਭਰ ਗਈ ਭਰ ਗਈ। ਦੁਬਾਰੇ ਲਾ ਕੇ ਦੇਖਾਂਗੇ, ਨਾਲੇ ਪਤਾ ਲੱਗ ਜੇ। ਦੇਖਿਆ ਤੂੰ ਉਹਦਾ ਦੁੱਧ ਹੀ ਡੋਲਤਾ ਪਹਿਲਾਂ ਵਾਲੀ ਦਾ ਖਸਮਾ। ਆ ਜਾ ਆ ਜਾ, ਇਹਨੂੰ ਕਰ ਲਾ। ਆ ਰਹਿ ਗਈ, ਫਿਰ ਕਿਹੜੀ ਰਹਿ ਗਈ? ਆ ਰਹਿ ਆ ਤਾਂ ਨੀ ਰਹਿ ਗਈ। ਆ ਰਹਿ ਗਈ ਹੈ ਨਾ। ਚੱਲ ਚੱਲ ਕੱਢ ਲਾ। ਕਿੰਨਾ ਹੋ ਗਿਆ ਦੁੱਧ ਆਪਣਾ? 30 ਕਿਲੋ ਹੋ ਗਿਆ ਇੱਕ ਚ, ਹਨਾ। ਦੱਸ ਭਰ ਗਈ ਕਿ ਨਹੀਂ? ਭਰ ਗਈ, ਨਹੀਂ ਨਹੀਂ ਭਰੀ, ਨਹੀਂ ਭਰੀ, ਵਾਹ ਭਰ ਗਈ। ਕੱਢ ਲਾ, ਹੋਰ ਹੋਰ ਨਿਕਲੂਗਾ ਜੀ, 2-3 ਕਿਲੋ। ਬੜੇ ਰਾਮਦਾਰੀ ਜੇ ਨਾਲ ਚਾਹੁੰਦਾ ਨਾ ਤੂੰ, ਮੇਰੇ ਤਾਂ ਪਤਾ ਨਹੀਂ ਕੀ ਲੱਤ ਹੀ ਮਾਰ ਦਿੰਦੀ ਹੈ ਇੱਕ ਅੱਧੀ ਵਾਰ। ਤੂੰ ਵੀ ਦੇਖਿਆ ਸੀ ਜਦੋਂ ਮੈਂ ਚਾਹੁੰਦਾ ਸੀ ਨਾ,
ਆਜਾ ਹੁਣ ਆਪਾਂ ਆਂਡੇ ਦੇਖ ਕੇ ਆਈ। ਆਂਡੇ ਤੂੰ ਆਹ ਛੱਡ ਪਹਿਲਾਂ ਗੋਹਾ ਚੱਕ ਲੈ ਇੱਥੋਂ ਆਂਡੇ ਦਾ ਲੱਗਿਆ। ਗੋਹਾ ਚੱਕ ਕਿੱਥੇ ਆ ਗੋਹਾ? ਇੱਕ ਬਸ ਦੋ ਬਸ ਤਾਂ ਮੈਂ ਚੈੱਕ ਤਾਂ ਕਰਤਾ ਮੈਂ ਵੀ ਚੈੱਕ। ਐ ਬਈ ਮੁੰਡੇ ਉਹ ਖੁਸ਼ ਖਬਰੀ ਆ, ਮੈਨੂੰ ਲੱਗਦਾ ਚੂਚਾ ਨਿਕਲ ਗਿਆ ਆਪਣਾ ਬਾਈ। ਚੂਚਾ ਹੋ ਰਿਹਾ, ਚੂਚਾ ਪਰਲੇ ਪਾਸੇ ਹੋ ਰਿਹਾ। ਨਿੱਕਾ ਜਿਹਾ ਨਵਾਂ ਮੈਂ ਨਿੱਕਾ ਜਿਹਾ ਬਾਈ, ਆ ਦੇਖ ਆ ਲੈ ਕਿੱਡਾ ਪਿਆਰਾ ਈ ਬਾਸ ਰੱਖ ਦੇ ਉਹਦਾ ਨਰਾ ਚੀਕਾਂ ਮਾਰੀ ਜਾਂਦੀ ਆ ਦੀ। ਆ ਫਿਰ ਖਰਾਬ ਆ ਇਟਮੀਨ ਨਾ ਵਾਲਾ ਫਰਟੀਲਾਈਜ਼ਰ। ਇੰਨਾ ਪਿਆਰਾ ਮੁੰਡੇ ਦੇਖੋ ਯਾਰ ਆਪਣੀ ਚੂਚਾ ਜਿਹਾ, ਆਈ ਚੂਚਾ ਕੇ ਪਤਾ ਨਹੀਂ ਚੂਚੀ ਆਉਣੇ ਤਾਂ ਵੱਡਿਆ ਜਦੋਂ ਹੋਈ ਉਹਦੇ ਪਤਾ ਲੱਗੂ। ਵੀ ਦੇਖੀ ਆ ਵੀ ਲੈ ਬਈ, ਇਹਦੇ ਚੋਂ ਵੀ ਨਿਕਲੂਗਾ ਵੀ ਫਰਟੀਲਾਈਜ਼ਰ ਵਾਲਾ ਬਈ, ਇਹਦੇ 'ਤੇ ਵੀ ਦਾਗ ਜਿਹਾ ਹੈ ਮੁੰਡੇ। ਲੈ ਬਈ ਦੋਵੇਂ ਆਂਡੇ ਰੱਖਦੇ ਇੱਥੇ, ਸਾਫ਼ ਸਫਾਈ ਵੀ ਕਰ ਲਈਏ, ਹਾਈਜੀਨਿਕ ਦਾ ਮਾਮਲਾ। ਹੁਣ ਤਾਂ ਚੂਚੇ ਆਪਣੇ ਨਿੱਕੇ ਸਰਵਾਈਵ ਕਰ ਜਾਣ ਮੁੰਡੇ, ਵੈਸੇ ਇਹ ਔਖੇ ਸਰਵਾਈਵ ਕਰਦੇ ਹੁੰਦੇ ਆ, ਪਰ ਬਾਕੀ ਦੇਖਦੇ ਆ ਟਾਈਮ 'ਤੇ। ਵਾਹ ਸੁਣੋ ਬਾਈ ਚੂਚੇ ਦੀ, ਚੂ ਚੂ ਕੀਤਾ ਬਾਈ ਹੁਣੇ, ਉਹ ਤੈਨੂੰ ਮੁੰਡੇ ਸਿਰਾ ਹੀ ਆਇਆ। ਲਓ ਬਾਈ ਮੁੰਡੇ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ, ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਅਤੇ ਅਗਲੀ ਵੀਡੀਓ ਦੇ ਵਿੱਚ ਮੁੰਡੇ ਤੁਹਾਨੂੰ ਦੱਸਾਂਗੇ ਅਸੀਂ ਕੀ ਕਰਨਾ। ਫਿਲਹਾਲ ਆਪਾਂ ਗਾਵਾਂ ਲਿਆਂਦੀਆਂ, ਕੁੱਕੜ ਲਿਆਂਦੇ, ਹੈ ਨਾ। ਹੁਣ ਇਸ ਤੋਂ ਬਾਅਦ ਆਪਾਂ ਹੋਵਾਂਗੇ ਖੇਤੀ ਵਾਲੇ ਪਾਸੇ, ਕਿਉਂਕਿ ਆਪਾਂ ਨੂੰ $200 ਤਾਂ ਮੁੰਡੇ ਸਿੱਧਾ ਇਹਦਾ ਹੀ ਬਣਦਾ ਪਿਆ, $200 ਇਹਦਾ, $200 ਉਹਦਾ, $200 ਉਹਦਾ, $400 ਸਿੱਧਾ ਖਰਚਾ ਪੈਂਦਾ ਪਿਆ ਮੁੰਡੇ ਆਪਾਂ ਨੂੰ। ਅਤੇ ਇੱਦੂ ਚੰਗਾ ਆਪਾਂ ਵੀਟ ਆਪ ਹੀ ਉਗਾ ਲਿਆ ਕਰੀਏ ਯਾਰ, ਪਰਲੇ ਪਾਸੇ ਆਪਣੇ ਕੋਲ ਖੇਤ ਤਾਂ ਹੈਗੇ ਹੀ ਆ, ਹੈ ਨਾ। ਸਮਾਨ ਵੀ ਆਪਾਂ ਸਾਰਾ ਲਿਆਂਦਾ, ਅਤੇ ਕੱਲ੍ਹ ਨੂੰ ਮੁੰਡੇ ਆਪਾਂ ਬੀਜ ਲੈ ਕੇ ਆਵਾਂਗੇ, ਸੀਡਰ ਸੂਡਰ ਨਾਲ ਲਾਵਾਂਗੇ, ਦੇਖਦੇ ਹਾਂ ਆਪਾਂ ਕੀ ਚੀਜ਼ ਲਾਉਂਦੇ ਹਾਂ। ਮੇਰਾ ਤਾਂ ਸਬਜ਼ੀਆਂ ਲਾਉਣ ਦਾ ਇਰਾਦਾ, ਸਬਜ਼ੀਆਂ ਵੇਚ ਕੇ ਆਪਾਂ ਕੁਛ ਹੋਰ ਲਿਆਇਆ ਕਰਾਂਗੇ, ਬਾਕੀ ਸੰਨੀ ਨੂੰ ਹੀ ਪੁੱਛਾਂਗੇ ਵੀ ਕੀ ਕਰਨਾ। ਅਤੇ ਮਿਲਦੇ ਹਾਂ ਮੁੰਡੇ ਅਗਲੀ ਵੀਡੀਓ ਦੇ ਵਿੱਚ, ਬਾਬਾ।